ਸਬਟਰੈਕਟ ਦਾ ਫਰਸਟ ਫ੍ਰੈਕਸ਼ਨਲ ਨੰਬਰ ਫ੍ਰੋਮ ਦਾ ਸੈਕੰਡ ਦੇਖੋ ਬੱਚੇ ਇਹਦੇ ਵਿੱਚ ਕੀ ਕਰਨਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਫਰਸਟ ਫ੍ਰੈਕਸ਼ਨਲ ਨੰਬਰ ਹੈਗਾ ਨਾ 2/7 ਉਹਨੂੰ ਅਸੀਂ ਮਾਈਨਸ ਕਰਨਾ ਕਿਦੇ ਵਿੱਚੋਂ ਫ੍ਰੋਮ ਦਾ ਸੈਕੰਡ ਸੈਕੰਡ ਕਿਹੜਾ ਵਾ 9/14 ਸੋ ਇਸ ਕਰਕੇ ਜਿਹੜਾ ਸੈਕੰਡ ਨੰਬਰ ਵਾਲਾ ਉਹਨੂੰ ਪਹਿਲਾਂ ਲਿਖਾਂਗੇ ਉਹਦੇ ਵਿੱਚੋਂ ਅਸੀਂ ਫਰਸਟ ਨੰਬਰ ਵਾਲਾ ਮਾਈਨਸ ਕਰਨਾ ਹੈ ਦੇਖੋ ਡਿਨੋਮੀਨੇਟਰ ਡਿਫਰੈਂਟ ਆ ਗਿਆ ਡਿਨੋਮੀਨੇਟਰ ਸੇਮ ਨਹੀਂ ਆ ਸੋ ਸਭ ਤੋਂ ਪਹਿਲਾਂ ਅਸੀਂ ਐਲਸੀਐਮ ਲਵਾਂਗੇ ਡਿਨੋਮੀਨੇਟਰਸ ਦਾ ਐਲਸੀਐਮ ਆਫ 14 ਐਂਡ so so 7 ਸੋ ਉਹੀ ਮੈਥਡ ਯੂਜ਼ ਕਰਾਂਗੇ ਡਿਵੀਜ਼ਨ ਮੈਥਡ ਸੋ ਇਹ 7 ਦੇ ਪ੍ਰਾਈਮ ਨੰਬਰ ਦੇ ਉੱਪਰ ਡਿਵਾਈਡ ਹੋ ਰਿਹਾ ਦੋਵੇਂ 7 ਵਾਂਸ 7 7 2 14 ਦੇਖੋ 1 ਆ ਗਿਆ ਦੂਸਰੇ ਪਾਸੇ 2 ਜਿਹੜਾ ਸਿਰਫ ਆਪਣੇ ਟੇਬਲ ਨਾਲ ਡਿਵਾਈਡ ਹੋਗਾ ਇਸ ਕਰਕੇ 2 ਵਾਂਸ 2 ਸੋ ਹੈ ਐਲਸੀਐਮ ਜਿਹੜਾ ਆ ਚੁੱਕਾ ਸਾਡਾ ਪ੍ਰਾਈਮ ਨੰਬਰ ਆ ਚੁੱਕੇ ਆ ਸੋ ਇਹਨਾਂ ਦੋਵਾਂ ਨੂੰ ਅਸੀਂ ਮਲਟੀਪਲਾਈ ਕਰਾਂਗੇ 7 ਨੂੰ ਔਰ 2 ਨੂੰ ਤੇ ਸਾਡਾ ਜਿਹੜਾ ਐਲਸੀਐਮ ਆ ਉਹ 14 ਆ ਗਿਆ ਸੋ ਤੁਹਾਨੂੰ ਪਤਾ ਹੀ ਹੈ ਕਿ ਜੇਕਰ ਐਲਸੀਐਮ 14 ਆਵੇ ਜਿੱਦਾਂ ਮੈਂ ਪਹਿਲੇ ਸਵਾਲ ਦੇ ਵਿੱਚ ਵੀ ਗੱਲ ਕੀਤੀ ਆ ਤੇ ਡਿਨੋਮੀਨੇਟਰ ਨੂੰ ਉਸੇ ਵਿੱਚ ਕਨਵਰਟ ਕਰਨਾ ਹੈ ਹੁਣ ਪਹਿਲਾ ਜਿਹੜਾ ਫ੍ਰੈਕਸ਼ਨ ਹੈਗਾ ਉਹ ਤਾਂ ਪਹਿਲਾਂ ਹੀ ਹੈ ਨਾ 14 ਹੈਗਾ ਸੋ ਇਹਨੂੰ ਕਨਵਰਟ ਕਰਨ ਦੀ ਲੋੜ ਹੈ ਨਹੀਂ ਨੂੰ ਤੁਸੀਂ ਇਸੇ ਤਰੀਕੇ ਨਾਲ ਰਹਿਣ ਦਿਓ ਜੇ ਕਰਨਾ ਹੈ ਤਾਂ ਤੁਸੀਂ 1 ਨਾਲ ਮਲਟੀਪਲਾਈ ਕਰੋਗੇ ਠੀਕ ਹੈ ਤਾਂ ਅਗੇ ਡਿਨੋਮੀਨੇਟਰ 14 ਆ ਦੇ ਉੱਪਰ ਵੀ 1 ਨਾਲ ਕਰੋਗੇ ਸੋ 9/14 ਆ ਗਿਆ ਦੂਸਰਾ ਜਿਹੜਾ ਫ੍ਰੈਕਸ਼ਨ ਹੈਗਾ ਵਾ ਉਹ ਹੈਗਾ 2 ਸੋ 7/14 ਦੇ ਵਿੱਚ ਕਨਵਰਟ ਕਰਨ ਵਾਸਤੇ 2 ਨਾਲ ਮਲਟੀਪਲਾਈ ਕਰਾਂਗੀ ਉੱਪਰ ਵੀ 2 ਨਾਲ ਕਰਾਂਗੇ 2*2 4 ਹੁਣ ਜਿਹੜੀ ਨਿਊਲੀ ਫ੍ਰੈਕਸ਼ਨ ਆਈ ਇਹਨਾਂ ਨੂੰ ਅਸੀਂ ਮਾਈਨਸ ਕਰਨਾ ਆ ਸੋ 9/14 ਮੈਂ ਪਹਿਲਾਂ ਲਿਖਾਂਗੀ ਕਿਉਂਕਿ ਇਹਦੇ ਵਿੱਚੋਂ ਅਸੀਂ ਮਾਈਨਸ ਕਰਨਾ ਆ 4/14 ਡਿਨੋਮੀਨੇਟਰ ਸੇਮ ਆ ਉਹਨੂੰ ਮੈਂ ਉਸੇ ਤਰੀਕੇ ਨਾਲ ਲਿਖ ਲੂੰਗੀ 9 ਦੇ ਵਿੱਚੋਂ ਅਸੀਂ 4 ਨੂੰ ਮਾਈਨਸ ਕਰਾਂਗੇ ਤੇ 5/14 ਆਨਸਰ ਆ ਜਾਏਗਾ